ਇੱਥੋਂ ਦਾ ਇੱਕ ਅਲੱਗ ਹੋਵੇ ਕੇਸ। ਕੇਸ ਇਹ ਹੋਇਆ ਵੀ ਇੱਕ ਔਰਤ ਕਿਸੇ ਬੰਦੇ ਨਾਲ ਫਿੱਟੀ ਹੋਈ, ਸ਼ਾਦੀਸ਼ੁਦਾ ਹੋਵੇ। ਉਸ ਘਰ ਦੇ ਵਿੱਚ ਇੱਕ ਉਹ ਲੜਕਾ, ਇੱਕ ਉਹਦੀ ਬੀਵੀ, ਇੱਕ ਉਹਦੀ ਭੈਣ, ਇੱਕ ਉਹਦਾ ਪਿਓ, ਚਾਰ ਜੀ ਹੋ। ਔਰਤ ਜਿਹੜੀ ਫਿੱਟੀ ਹੋਵੇ ਦੂਏ ਬੰਦੇ ਨਾਲ, ਮਕਾਨ ਹੋਵੇ ਚੱਕ ਤੋਂ ਬਾਹਰ ਬਾਹਰ। ਆਮ ਚੱਕਾਂ ਦੇ ਵਿੱਚ ਉਦੋਂ ਕੰਧਾਂ ਛੋਟੀਆਂ ਹੁੰਦੀਆਂ ਸੀ, ਵੱਡੀਆਂ ਨਹੀਂ ਸੀ। ਉੱਧਰੋਂ ਪਾਣੀ ਦੀ ਵਾਰੀ ਹੋਵੇ ਉਹਨਾਂ ਬੰਦਿਆਂ ਦੀ, ਪਿਓ ਪੁੱਤਰ ਪਾਣੀ 'ਤੇ ਉਦਣ ਜਾਣਾ ਸੀ। ਉਹਨੇ ਯਾਰ ਨੂੰ ਕਿਹਾ ਵੀ ਅੱਜ ਆ ਜਾ, ਇੱਦਾਂ ਲੱਗਦਾ ਅਤੇ ਉਹਦਾ ਪਾਣੀ ਦੀ ਵਾਰੀ 'ਤੇ ਗਏ ਆ ਅਤੇ ਤੂੰ ਆ। ਉੱਧਰੋਂ ਹੋਵੇ ਉੱਥੋਂ ਦਾ ਇਲਾਈ, ਉਸ ਨੇੜੇ ਇਲਾਕੇ ਦਾ, ਉਹਦਾ ਪੁੱਤਰ ਕਰੇ ਚੋਰੀਆਂ, ਚੋਰੀ ਕਰੇ ਅਤੇ ਨਾਲੇ ਕਹੇ ਪਿਓ ਮੇਰਾ ਐਵੇਂ ਫੈਸਲੇ ਕਰਦਾ ਫਿਰਦਾ, ਜਿੱਦਣ ਮੇਰਾ ਫੈਸਲਾ ਸਾਹਮਣੇ ਆਇਆ ਫਿਰ ਮੈਂ ਮੰਨਾਂ ਵੀ ਕਿਵੇਂ ਇਹ ਨਤਾਰਦਾ। ਉਹ ਚੋਰੀ ਕਰਨ ਚਲਾ ਜਾਂਦਾ, ਯਾਰ ਉੱਧਰੋਂ ਆ ਜਾਂਦਾ। ਉਸ ਪਿੰਡ ਦੇ ਨਜ਼ਦੀਕ ਉਹਨਾਂ ਦਾ ਟਕਰਾਅ ਹੁੰਦਾ, ਇੱਕ ਰੁੱਖ ਸੀ, ਚੋਰ ਦਾ ਕੰਮ ਹੁੰਦਾ ਲੁਕਣਾ। ਉਹ ਜਿਹੜਾ ਚੋਰ ਸੀ ਨਾ, ਲਾਈ ਦਾ ਪੁੱਤਰ, ਭੱਜ ਕੇ ਰੁੱਖ 'ਤੇ ਚੜ੍ਹ ਗਿਆ। ਉਸੇ ਰੁੱਖ ਥੱਲੇ ਉਹਨਾਂ ਦਾ ਕਾਰਾ ਸੀ, ਜਿਹੜਾ ਯਾਰ ਸੀ ਉਹ ਉਸ ਰੁੱਖ ਥੱਲੇ ਆ ਕੇ ਬਹਿ ਗਿਆ, ਸਿਗਰਟ ਲਾਇਆ, ਛਿੱਕਦਾ ਪਿਆ। ਜਦ ਉੱਥੇ ਆਇਆ ਉਧਰ ਰੰਨ ਨੇ ਦੇਖਿਆ ਪਿਆ ਉਹ ਬੈਠਾ, ਉਹ ਆ ਗਈ, ਉਹ ਹੁਣ ਉੱਪਰ ਬੈਠਾ ਦਰਖਤ ਦੇ ਕੋਲ। ਉਹਨਾਂ ਦੇ ਬੱਤੀ ਤਾਂ ਹੈ ਨਹੀਂ ਸੀ, ਜਾਂ ਬੈਟਰੀ ਫੋਨ ਦੇ ਦੇਣਾ ਉਹਨਾਂ ਨੂੰ, ਕਿਹੜੀ ਬੈਠਣ ਦੀ ਲੋੜ। ਉਹ ਅਜੇ ਚਾਰ ਗੱਲਾਂ ਕੀਤੀਆਂ ਦੇ ਪਿੱਛੋਂ ਔਰਤ ਦਾ ਬੱਚਾ ਰੋ ਪਿਆ। ਉਹ ਕਹਿੰਦੀ ਮੇਰਾ ਬੱਚਾ ਰੋ ਪਿਆ, ਘਰ ਮੇਰੀ ਨਨਾਣ ਹੈ, ਜੇ ਉੱਠ ਬੈਠੀ ਤਾਂ ਉਹਨੂੰ ਪਤਾ ਲੱਗ ਜਾਣਾ ਮੈਂ ਭੱਜ ਕੇ ਬੱਚਾ ਸੁਆਇਆ ਵਾ, ਉਹਨੇ ਸੁਆਇਆ। ਉਹ ਗਈ ਜਾ ਕੇ ਥਾਪੜਿਆ ਥੁਪੜਿਆ, ਬੱਚਾ ਸੌਂ ਗਿਆ। ਫਿਰ ਇਹੋ ਜਿਹੇ ਕੰਮਾਂ ਦੇ ਵਿੱਚ ਕਾਲਾਂ ਬੜੀਆਂ ਹੁੰਦੀਆਂ, ਜੇ ਭੱਜ ਕੇ ਫਿਰ ਆ ਗਿਆ ਬੱਚਾ, ਫਿਰ ਉੱਠ ਗਿਆ। ਫਿਰ ਫਿਰ ਉੱਠਿਆ ਰੋਇਆ, ਕਹਿੰਦੀ ਮੈਂ ਹੁਣ ਇਹਨੂੰ ਸਵਾਰ ਕੇ ਸੁਆਉਂਗੀ। ਉਹ ਗਈ ਜਾ ਕੇ ਗਲ 'ਚ ਬੂਠਾ ਦਿੱਤਾ, ਬੱਚਾ ਮਾਰ ਕੇ ਉੱਥੇ ਰੱਖ ਦਿੱਤਾ ਅਤੇ ਆਪ ਯਾਰ ਕੋਲ ਆ। ਜੋ ਕੁਛ ਉਹਨਾਂ ਝੱਟ ਬਿੰਦ ਲਾਇਆ ਕੀਤਾ ਕਰਾਇਆ ਅਤੇ ਉਹ ਯਾਰ ਚਲਾ ਗਿਆ। ਅਤੇ ਉਹਨੇ ਹਾਲ ਹਾਲ 'ਤੇ ਬੂਬੂ ਪਾ, ਉਹਨੇ ਕਿਹਾ ਮੇਰੀ ਨਨਾਣ ਨੇ ਮੇਰਾ ਪੁੱਤਰ ਮਾਰਤਾ, ਮੇਰੀ ਨਨਾਣ ਨੇ ਮੇਰਾ ਪੁੱਤਰ ਮਾਰਤਾ। ਨਨਾਣ ਵੀ ਉਸਨੇ ਉਹ ਪਾਵੇ ਧਰ ਲਏ ਵੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਤੇਰੇ ਕਮਰੇ 'ਚ ਆਈ, ਤੂੰ ਮਾਰੇ ਆਪਣੀ ਉੱਪਰ ਬੈਠਾ। ਉਹ ਸਾਰੀਆਂ ਗੱਲਾਂ ਸੁਣਦਾ ਰਿਹਾ, ਉਹਨੇ ਕਿਹਾ ਲੈ ਵੀ ਜੇ ਪਿਓ ਕੋਲ ਗਿਆ ਨਾ ਫੈਸਲਾ ਤਾਂ ਅੱਜ ਵੇਖ। ਉੱਧਰੋਂ ਪਾਣੀ ਲਾ ਕੇ ਪਿਓ ਪੁੱਤਰ ਆਏ, ਉਹਨੇ ਬੰਦੇ ਆਪਦੇ ਨੂੰ ਕਹਿਤਾ ਤੇਰੀ ਭੈਣ ਨੇ ਮੇਰਾ ਪੁੱਤਰ ਮਾਰ, ਉਹ ਵੀ ਮੰਨ ਗਿਆ ਅਤੇ ਹੁਣ ਮਾਂ ਤਾਂ ਪੁੱਤਰ ਨੂੰ ਨਹੀਂ ਮਾਰ। ਇਸ਼ਕ ਇਹੋ ਜਿਹਾ ਜਿਹੜਾ ਪੁੱਤਰਾਂ ਨੂੰ ਮਰਵਾ ਦਿੰਦਾ, ਪਿਓਆਂ ਨੂੰ ਮਰਵਾ ਦਿੰਦਾ ਪੁੱਤਰਾਂ ਕੋਲ। ਲਓ ਜੀ ਫੈਸਲਾ ਹੋਣ ਲੱਗਿਆ, ਉਹਨਾਂ ਨੇ ਲਾਈ ਕੋਲੇ ਚੱਲੋ, ਫੈਸਲਾ ਲਾਈ 'ਤੇ ਚਲਾ। ਜਿਸ ਵਕਤ ਉਹਨਾਂ ਨੇ ਗੱਲ ਸੁਣਾਈ, ਉਹਨੇ ਆਖਿਆ ਗੱਲ ਹੈਗੀ ਇਹ, ਤੁਸੀਂ ਪੁੱਤਰ ਨੂੰ ਦਫਨਾ ਦਿਓ, ਤੁਹਾਡਾ ਘਰ ਦਾ ਮਸਲਾ, ਅਗਲੀ ਗੱਲ ਨਾ ਖੁਲਾਓ ਮੇਰੇ ਕੋਲ, ਫੈਸਲਾ ਨਾ ਕਰਾਓ, ਜਾਓ। ਉਹ ਜਿਹੜੀ ਸੀ ਬੱਚੇ ਦੀ ਮਾਂ, ਉਹ ਕਹੇ ਨਹੀਂ ਜੀ ਮੈਂ ਫੈਸਲਾ ਕਰਾਉਣ, ਮੇਰੀ ਨਨਾਣ ਨੇ ਮਾਰੇ, ਪੁੱਤਰ ਵੀ ਕਹੀਂ ਜਾਵੇ ਮੇਰੀ ਭੈਣ ਨੇ ਮਾਰੇ। ਪਿਓ ਨੀਵੀਂ ਪਾਈ ਬੈਠਾ ਵੀ ਮੈਂ ਹੁਣ ਇੱਥੇ ਕਿਹੜੀ ਗੱਲ ਕਰਾਂ, ਇੱਕ ਪਾਸੇ ਧੀ ਹੈ ਇੱਕ ਪਾਸੇ ਪੁੱਤ। ਉਹਨੇ ਕਿਹਾ ਤੁਸੀਂ ਨਹੀਂ ਜੇ ਫਿਰ ਖਲੋਂਦੇ, ਫੈਸਲਾ ਕਰਾਂ। ਉਹਨੇ ਆਖਿਆ ਕਰੋ। ਚੰਗਾ, ਉਹਨੇ ਆਖਿਆ ਨਨਾਣ ਪਰ ਜਾਈ ਆਓ, ਉੱਥੇ ਖਲੋ ਜਾਓ, ਉਦੋਂ ਜਾਣਾ ਉੱਥੇ ਖਲੋ ਗਈ। ਇੱਥੇ ਉਹਨੇ ਲਕੀਰ ਮਾਰ। ਉਹਨੇ ਆਖਿਆ ਜਿਹੜੀ ਉੱਥੋਂ ਪਹਿਲਾਂ ਭੱਜ ਕੇ ਆ ਕੇ ਇੱਥੇ ਮੰਜਲੀ ਲਾਹ ਦੇਵੇ ਚਾਦਰ, ਉਹ ਸੱਚੀ। ਨਾ ਲੜਕੇ ਦੀ ਜਿਹੜੀ ਮਾਂ ਸੀ ਉਹਨਾਂ ਦਾ ਮਾਰੀਆਂ ਚੁੰਗੀਆਂ, ਭੱਜ ਕੇ ਆ ਕੇ ਮੰਜਲੀ ਲਾਹ ਦਿੱਤੀ। ਜਿਹੜੀ ਸੀ ਉਹ ਨਨਾਣ, ਉਹ ਇਸ ਗੈਰਤ ਵੀ ਮੈਂ ਤਾਂ ਅਜੇ ਸ਼ਾਦੀਸ਼ੁਦਾ ਵੀ ਨਹੀਂ ਅਤੇ ਹੁਣ ਮੈਂ ਬਗੈਰਤੀ ਨਾਲ ਕਿਵੇਂ ਉੱਥੇ ਜਾ ਕੇ ਚਾਦਰ ਲਾਵਾਂਗੇ, ਉਹ ਪਿੱਛੇ ਰਹਿ। ਉਹਨੇ ਫਿਰ ਕਿਹਾ ਵੀ ਫੈਸਲਾ ਅਜੇ ਵੀ ਨਾ ਸੁਣੋ, ਚੰਗੇ ਰਹਿ ਜਾਓ। ਉਹਨੇ ਆਖਿਆ ਨਹੀਂ ਜੀ ਫੈਸਲਾ ਸੁਣ ਲੈ। ਉਹਨੇ ਆਖਿਆ ਇਹਨੇ ਮਾਰਿਆ ਪੁੱਤਰ। ਲਓ ਜੀ ਮਾਂ ਕਿਵੇਂ ਪੁੱਤਰ ਨੂੰ ਮਾਰ ਸਕਦੀ ਹੈ। ਉਹਨੇ ਆਖਿਆ ਇਹਦਾ ਯਾਰ ਆਇਆ, ਇਹਨਾਂ ਦਾ ਘਾਰਾ ਬਣਿਆ ਹੋਇਆ, ਪੁੱਤਰ ਹੋਇਆ, ਇਹਨੂੰ ਯਾਰ ਨੇ ਤਾਨਾ ਦਿੱਤਾ ਅਤੇ ਇਹਨੇ ਅਗਲੇ ਗਲ 'ਚ ਬੂਠਾ ਦੇ ਕੇ ਪੁੱਤਰ ਮਾਰ ਦਿੱਤਾ, ਮਾਰਿਆ ਇਹਨੇ। ਬਾਅਦ 'ਚ ਆ ਕੇ ਹਾਲ ਹਾਲ ਬੂਹੂ ਪਾ ਦਿੱਤੀ, ਮੇਰਾ ਪੁੱਤਰ ਨਨਾਣ ਨੇ ਮਾਰ ਦਿੱਤਾ। ਉਹ ਪੁੱਤਰ ਅਤੇ ਬੀਵੀ ਜਿਹਨੇ ਪੁੱਤਰ ਮਾਰਿਆ ਸੀ ਅਤੇ ਉਹਦਾ ਖਾਮੰਦ, ਉਹ ਲੱਗੇ ਲਾਈ ਦੇ ਖਿਲਾਫ ਹੋਣ। ਉਸ ਵਕਤ ਲਾਈ ਦਾ ਪੁੱਤਰ ਉੱਠ ਕੇ ਕਹਿੰਦਾ, ਉਹਨੇ ਆਖਿਆ ਹੁਣ ਮੇਰੀ ਗੱਲ ਸੁਣ,
ਮੈਂ ਤੇ ਕਹਿਣਾ ਸਾਂ ਪਿਓ ਮੇਰਾ ਐਵੇਂ ਫੈਸਲੇ ਕਰਦਾ, ਗੱਲ ਅਸਲ ਐਵੇਂ ਹੀ ਹੈ ਜਿਵੇਂ ਮੇਰੇ ਪਿਓ ਨੇ ਦੱਸੀ। ਕਹਿੰਦਾ ਕਿਉਂ ਨਹੀਂ ਬਗੈਰ ਤੇ, ਜਦੋਂ ਆਇਆ ਸਿਗਰਟ ਪੀਂਦਾ ਆਇਆ ਉਸ ਦਰਖਤ ਦੇ ਥੱਲੇ ਆ ਕੇ ਬੈਠਾ, ਤੂੰ ਕੰਧ ਟੱਪ ਕੇ ਆਈ, ਜਿਸ ਵਕਤ ਆਈ ਤਾਂ ਤੇਰਾ ਬੱਚਾ ਪਿੱਛੋਂ ਰੋਇਆ, ਤੂੰ ਇਹ ਗੱਲ ਕੀਤੀ ਵੀ ਮੇਰਾ ਬੱਚਾ ਰੋਂਦਾ ਹੈ ਅਤੇ ਨਨਾਣ ਨਾ ਉੱਠ ਪਵੇ, ਮੈਂ ਭੱਜ ਕੇ ਪੁੱਤਰ ਸੁਆਇਆ, ਕੀਤੀ ਗੱਲ ਉਸ ਵੇਲੇ ਸਿਰ 'ਚ ਪਾਣੀ ਪੈ ਕਿਹਾ ਮਨ ਹੁਣ ਕੀਤੀ, ਫਿਰ ਸੁਆ ਕੇ ਆਈ, ਜਾਂ ਦੁਬਾਰਾ ਗਈ ਆ ਫਿਰ ਤੂੰ ਇਹ ਗੱਲ ਕੀਤੀ ਵੀ ਮੈਂ ਹੁਣ ਪੱਕਾ ਸੁਆ ਗਿਆ ਵਾਂ। ਤੇਰੇ ਯਾਰ ਨੇ ਪੁੱਛਿਆ ਸੁਆ ਆਈ ਆ, ਉਹਨੇ ਕਿਹਾ ਪੱਕਾ ਸੁਆ, ਗੱਲਾਂ ਨਹੀਂ ਕੀਤੀਆਂ। ਬੰਦੇ ਗੱਲਾਂ ਲੱਭ ਲੈਂਦੇ ਸੀ ਮਾੜੀ ਗੱਲ, ਇਹਨਾਂ ਲੋਕਾਂ ਨੂੰ ਇਲਮ, ਇਲਮ ਦੇ ਵਿੱਚ ਅਕਲ ਨਹੀਂ, ਅਕਲ ਇਲਮ 'ਚ ਨਹੀਂ ਦਿਮਾਗ 'ਚ। ਉਹਦੇ ਵਿੱਚ ਉਹ ਚੀਜ਼ ਤੁਹਾਡੇ ਹੁਣ ਇਸ ਕਾਨੂੰਨ 'ਚ ਮਾੜੀ ਜ਼ਿੰਦਗੀ ਆਉਂਦੀ ਹੈ, ਅਗਰ ਉਹ ਫੈਸਲਾ ਲਾਈ ਦਾ ਕੀ ਹੋਇਆ, ਤੁਸੀਂ ਜਨਾਬ ਮੇਰੀ ਸ਼ਕਲ ਤੱਕ ਵੱਗ ਜਾਂਦੇ ਸੀ ਅਤੇ ਉਹ ਸੁਣਦਾ ਆਉਂਦਾ ਯਾਰ ਗਾਣੇ ਆਉਂਦੇ।